ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਰੀਜ਼ਨਿੰਗ ਅਬਿਲਿਟੀ ਦੇ ਨਾਲ ਰਿਲੇਟਡ ਦੋ ਟਾਪਿਕ ਕਵਰ ਹਾਂਜੀ ਇਸ ਦੇ ਵਿੱਚ ਫਰਸਟ ਜਿਹੜੇ ਤੁਹਾਡੇ ਟਾਪਿਕ ਆ ਉਹਨਾਂ ਦਾ ਨਾਮ ਆ ਵਰਡ ਡਿਜੀਟ ਰਿਲੇਸ਼ਨ ਐਂਡ ਫਾਈਂਡ ਅ ਡਿਫਰੈਂਟ ਵਰਡ ਤੇ ਇਹਦੇ ਵਿੱਚ ਕੀ ਆ ਇਹਦਾ ਮੀਨਿੰਗ ਕੀ ਆ ਸ਼ਬਦ ਅੱਖਰ ਸਬੰਧ ਸ਼ਬਦ ਅੱਖਰ ਸਬੰਧ ਅਤੇ ਅਤੇ ਅੱਖਰਾਂ ਹਾਂਜੀ ਅ ਵੱਖਰਾ ਸ਼ਬਦ ਲੱਭਣਾ ਫਾਈਂਡ ਅ ਡਿਫਰੈਂਟ ਵਰਡ ਵੱਖਰਾ ਸ਼ਬਦ ਲੱਭੋ ਠੀਕ ਹੈ ਇਸ ਦਾ ਮੀਨਿੰਗ ਇਹ ਆ ਹਾਂਜੀ ਤੇ ਇਹਦੇ ਲਈ ਕੀ ਆ ਦੇਖੋ ਜਿਹੜੇ ਵੀ ਸਟੂਡੈਂਟਸ 8th ਵੇਸਟ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ FCI ਵਾਚਮੈਨ ਦੀ ਜਿਹੜਾ ਐਗਜ਼ਾਮ ਆ ਤੁਹਾਡਾ 8th ਵੇਸਟ ਦਾ ਤੇ ਜਿਹੜੇ ਇਸ ਟਾਪਿਕ ਦੇ ਵਿੱਚ ਮੈਂ ਕੁਐਸ਼ਨ ਲੈ ਕੇ ਆਈਆਂ ਤੁਹਾਡੇ ਅੱਗੇ ਇਹਦੇ ਵਿੱਚ ਕੀ ਆ ਕਿ 8th ਵੇਸਟ ਐਗਜ਼ਾਮ ਦੇ ਵਿੱਚ ਕੁਐਸ਼ਨਸ ਆ ਜਿਹੜੇ ਰਿਪੀਟ ਹੋ ਚੁੱਕੇ ਆ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਲਈ ਇਸ ਕਰਕੇ ਅੱਜ ਦੀ ਇਹ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਪਰ ਸਭ ਤੋਂ ਪਹਿਲਾਂ ਜਿਹੜਾ ਸਾਡਾ ਟੌਪਿਕ ਆ ਫਰਸਟਲੀ ਵੀ ਵਿਲ ਡਿਸਕਸ ਦਾ ਟੌਪਿਕ ਵਰਡ ਡਿਜੀਟ ਰਿਲੇਸ਼ਨਸ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਾਡਾ ਟੌਪਿਕ ਆ ਸ਼ਬਦ ਅੱਖਰ ਸੰਬੰਧ ਅਸੀਂ ਇਸ ਨੂੰ ਡਿਸਕਸ ਕਰਾਂਗੇ ਤੇ ਇਸ ਦੇ ਕੁਐਸਚਨ ਮੈਂ ਤੁਹਾਡੇ ਸਾਹਮਣੇ ਲੈ ਕੇ ਆਈਆਂ ਜਿਹੜੇ ਵੀ ਸਟੂਡੈਂਟ ਐਫਸੀਆਈ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਕਵੈਸਚਨ ਨੰਬਰ 1 ਦੇਖੋ ਤੁਹਾਨੂੰ ਕਵੈਸਚਨ ਪੇਪਰ ਦੇ ਵਿੱਚ ਇਸ ਤਰ੍ਹਾਂ ਆ ਸਕਦਾ ਵਾ ਕਿ ਨਿਰਦੇਸ਼ ਸ਼ਬਦ ਸ਼ਬਦ ਵਿੱਚ ਇਕੁਇਵੈਲੈਂਟ ਦੇ ਖੱਬੇ ਪਾਸੇ ਦਿੱਤੇ ਸ਼ਬਦਾਂ ਵਿੱਚ ਘਾਰ ਇੱਕ ਵਿਸ਼ੇਸ਼ ਸਬੰਧ ਆ ਖੱਬੇ ਪਾਸੇ ਵੀ ਵਿਸ਼ੇਸ਼ ਸਬੰਧ ਹੋ ਤੇ ਸੱਜੇ ਪਾਸੇ ਵੀ ਸੇਮ ਸਬੰਧ ਹੋਊਗਾ ਜਿਹੜਾ ਕਿ ਵਿਸ਼ੇਸ਼ ਸਬੰਧ ਹੋਊਗਾ ਸੁਝਾਏ ਗਏ ਉੱਤਰਾਂ ਵਿੱਚੋਂ ਠੀਕ ਉੱਤਰ ਲੱਭੋ ਸਭ ਤੋਂ ਪਹਿਲਾਂ ਦੇਖੋ ਤੁਸੀਂ ਇਸ ਨਿਸ਼ਾਨ ਨੂੰ ਕੀ ਬੋਲਦੇ ਆ ਪ੍ਰੋਪੋਰਸ਼ਨਲ ਵੀ ਬੋਲ ਦਿੰਦੇ ਆ ਜਿਹਦਾ मीनिंग ਕੀ ਹੁੰਦਾ ਵਾ ਸਮਾਨ ਅਨੁਪਾਤ ਇਕੁਇਵੈਲੈਂਟ ਵੀ ਬੋਲ ਦਿੰਦੇ ਆ ਕਿਉਂਕਿ ਸਮਾਨ ਅਨੁਪਾਤ ਦਾ मीनिंग ਕੀ ਹੁੰਦਾ ਵਾ ਇਕੁਇਵੈਲੈਂਟ ਥੈਟ ਮੀਨਸ ਅਗਰ ਇਹ ਚੀਜ਼ਾਂ ਦੋਨੋਂ ਮਤਲਬ ਕਿ ਖੱਬੇ ਪਾਸੇ ਜੇ ਮੈਂ ਤੁਸੀਂ ਦੇਖ ਸਕਦੇ ਹੋ ਜੇਕਰ ਇਹ ਦੋਨੋਂ ਸਮਾਨ ਆ ਮਤਲਬ ਕਿ ਅਸੀਂ ਇਹਨਾਂ ਦੇ ਵਿੱਚ ਰਿਲੇਸ਼ਨ ਦੇਖਣਾ ਕਿ ਇਹ ਕਿਸ ਤਰ੍ਹਾਂ ਨੇ ਤੇ ਉਸੇ ਤਰ੍ਹਾਂ ਅਸੀਂ ਕੀ ਕਰਾਂਗੇ ਦੂਸਰਾ ਵੀ ਲਿਖ ਦਵਾਂਗੇ ਹਾਂਜੀ ਹੁਣ ਤੁਸੀਂ ਦੇਖੋ ਦੁੱਧ ਤੋਂ ਜੇਕਰ ਅਸੀਂ ਮੱਖਣ ਦੀ ਗੱਲ ਕਰੀਏ ਤਾਂ ਦੁੱਧ ਤੋਂ ਹੀ ਬਣਦਾ ਵਾ ਠੀਕ ਹੈ ਕਿੱਦਾਂ ਬਣਦਾ ਵਾ ਹੁਣ ਦੁੱਧ ਤੋਂ ਪਹਿਲਾਂ ਉਹਨੂੰ ਜਾਗ ਲਾਉਣਾ ਪੈਂਦਾ ਫਿਰ ਦਹੀਂ ਬਣਦੀ ਹੈ ਫਿਰ ਉਹਨੂੰ ਰੜਕਣਾ ਪੈਂਦਾ ਫਿਰ ਆਪਾਂ ਕਿਤੇ ਮੱਖਣ ਆਉਂਦਾ ਵਾ ਸੇਮ ਇਦਾਂ ਹੀ ਤਿੰਨ ਸਟੈਪ ਛੱਡ ਕੇ ਅਸੀਂ ਕਿਤਾਬ ਦੀ ਗੱਲ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਕਿਤਾਬ ਦੇ ਇਕੁਇਵੈਲੈਂਟ ਕਿਹੜੀ ਚੀਜ਼ ਹੋਵੇਗੀ ਕਿ ਕਿਤਾਬ ਦੇ ਜਿੱਦਾਂ ਦੁੱਧ ਤੋਂ ਮੱਖਣ ਬਣਿਆ ਤਾਂ ਕਿਤਾਬ ਕਿਸ ਚੀਜ਼ ਤੋਂ ਬਣੀ ਆ ਕਿਤਾਬ ਕਿੱਥੋਂ ਬਣੀ ਆ ਛਾਪਖਾਨਾ ਤੋਂ ਤੇ ਇਸ ਦਾ ਮਤਲਬ ਕੀ ਆ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਠੀਕ ਹੈ ਹਾਂਜੀ ਜੇਕਰ ਇੱਥੇ ਤੁਹਾਡੇ ਕੋਲੇ ਲਿਖਿਆ ਹੁੰਦਾ ਦੁੱਧ ਤੇ ਇੱਥੇ ਲਿਖਿਆ ਹੁੰਦਾ ਦਹੀਂ ਮੱਖਣ ਨਾ ਹੁੰਦਾ ਫੇਰ ਇੱਥੇ ਤੁਹਾਡਾ ਰਾਈਟ ਆਨਸਰ ਕਾਗਜ਼ ਆ ਜਾਣਾ ਸੀ ਠੀਕ ਹੈ ਹਾਂਜੀ ਨੈਕਸਟ ਕੁਐਸਚਨ ਕਿਸਾਨ ਕਿਸਾਨ ਆ ਜਿਹੜਾ ਖੇਤ ਖੇਤ ਮਤਲਬ ਖੇਤ ਦੇ ਵਿੱਚ ਕੰਮ ਕਰਦੇ ਆ ਕਿਸਾਨ ਤਾਂ ਕਲਰਕ ਫਿਰ ਕਲਰਕ ਕਿੱਥੇ ਕੰਮ ਕਰਦੇ ਆ ਇਹ ਤੁਸੀਂ ਇਸ ਤਰ੍ਹਾਂ ਸੋਚਣੇ ਆ ਇਹ ਕੁਐਸਚਨਸ ਕਲਰਕ ਕਿੱਥੇ ਕੰਮ ਕਰਦੇ ਆ ਤੋ ਬੀਅਸਾ ਦਫਤਰ ਦੇ ਵਿੱਚ ਹੀ ਕਰਦੇ ਆ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਵੀ ਹੁਣ ਦੇਖੋ ਕਵੀ ਦਾ ਸਬੰਧ ਕਵਿਤਾ ਦੇ ਨਾਲ ਆ ਠੀਕ ਹੈ ਕਵੀ ਕਵੀ ਜਿਹੜਾ ਵਾ ਉਹ ਕਵਿਤਾ ਲਿਖਦਾ ਵਾ ਸੇਮ ਇਦਾਂ ਹੀ ਤਾਂ ਅਧਿਆਪਕ ਦਾ ਸਬੰਧ ਕਿਸ ਨਾਲ ਆ ਹਾਂਜੀ ਕਵੀ ਕਵਿਤਾ ਲਿਖਦਾ ਹੈ ਠੀਕ ਹੈ ਤਾਂ ਅਧਿਆਪਕ ਦਾ ਸਬੰਧ ਕਿਸ ਨਾਲ ਹੋਇਆ ਵਿਦਿਆਰਥੀ ਦੇ ਨਾਲ ਦੇਖੋ ਇਹਦੇ ਵਿੱਚ ਕਵੀ ਦਾ ਸਬੰਧ ਕਵਿਤਾ ਦੇ ਨਾਲ ਆ ਤਾਂ ਅਧਿਆਪਕ ਦਾ ਸਬੰਧ ਵਿਦਿਆਰਥੀ ਦੇ ਨਾਲ ਹੋਊਗਾ ਇਹ ਨਾ ਹੋਵੇ ਕਿ ਹੁਣ ਤੁਸੀਂ ਸੋਚੋ ਕਵਿਤਾ ਕਵਿਤਾ ਲਿਖਦਾ ਹੈ ਤਾਂ ਫਿਰ ਅਧਿਆਪਕ ਕਿੱਥੇ ਲਿਖਦਾ ਹੈ ਬਲੈਕਬੋਰਡ ਆਪਸ਼ਨ ਲਾਓ ਲਿਖਦੇ ਸਾਰੇ ਤਾਂ ਨਹੀਂਗੇ ਪੰਜਾਬੀ ਵਾਲੇ ਵੀ ਆਪਾਂ ਨੂੰ ਬੁੱਕਸ ਤੋਂ ਹੀ ਪੜਾਉਂਦੇ ਆ ਟੀਚਰ ਠੀਕ ਹੈ ਜੇਕਰ ਤੁਸੀਂ ਗੱਲ ਕਰੋ ਤਾਂ ਇੰਗਲਿਸ਼ ਵਾਲੇ ਟੀਚਰ ਵੀ ਜਿਹੜੇ ਐਕਸਪਲੇਨ ਕਰਦੇ ਆ ਉਹ ਵੀ ਕੀ ਕਰਦੇ ਆ ਸਾਨੂੰ ਬਾਇਲੈਂਗੁਐਜ ਮੈਥਡ ਦੇ ਵਿੱਚ ਪੜਾਉਂਦੇ ਆ ਮੀਨਸ ਲੈਕਚਰ ਦਿੰਦੇ ਆ ਤੇ ਹੁਣ ਲਿਖਣ ਵਾਲੇ ਤਾਂ ਸਿਰਫ ਮੈਥ ਦਾ ਹੀ ਜ਼ਿਆਦਾ ਕੰਮ ਹੁੰਦਾ ਸਾਇੰਸ ਦੇ ਵਿੱਚ ਹੋ ਜਾਂਦਾ ਵਾ ਇੱਕ ਅੱਧਾ ਟਾਪਿਕ ਸਾਇੰਸ ਦਾ ਹੁੰਦਾ ਵਾ ਜ਼ਿਆਦਾਤਰ ਤਾਂ ਉਹ ਵੀ ਬੁੱਕਸ ਤੋਂ ਹੀ ਕਰਵਾ ਦਿੱਤੇ ਜਾਂਦੀ ਹੈ ਇਸ ਕਰਕੇ ਬਲੈਕਵੁੱਡ ਗਲਤ ਹੋਵੇਗਾ ਇਸ ਅੰਸਰ ਅਧਿਆਪਕ ਦਾ ਸਬੰਧ ਵਿਦਿਆਰਥੀਆਂ ਨਾਲ ਨੈਕਸਟ ਕੁਐਸ਼ਨ ਲੰਬਾਈ ਲੰਬਾਈ ਦਾ ਸਬੰਧ ਮੀਟਰ ਦੇ ਵਿੱਚ ਆ ਤਾਂ ਸਮੇਂ ਦਾ ਸਬੰਧ ਕਿਹਦੇ ਨਾਲ ਲੰਬਾਈ ਦਾ ਸਬੰਧ ਜੇ ਮੀਟਰ ਨਾਲ ਆ ਤਾਂ ਸਮੇਂ ਦਾ ਸਬੰਧ ਹੋਊਗਾ ਕਿਸ ਦੇ ਨਾਲ ਹੋਵੇਗਾ ਹਾਂਜੀ ਇਸ ਦੇ ਵਿੱਚ ਦੇਖੋ ਤੁਸੀਂ ਜਦੋਂ ਲੰਬਾਈ ਲੰਬਾਈ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਮੀਟਰਾਂ ਤੋਂ ਹੀ ਸਟਾਰਟ ਕਰਦੇ ਹਾਂ ਨਾ ਮੇਰੇ ਨਾਲ ਕੋਈ ਵੀ ਚੀਜ਼ ਹੈ ਜਿਹੜੀ ਉਹ ਮੀਟਰਾਂ ਤੋਂ ਸਟਾਰਟ ਹੁੰਦੀ ਆ ਜਦੋਂ ਵੀ ਅਸੀਂ ਲੰਬਾਈ ਕਿਸੇ ਚੀਜ਼ ਦੀ ਮਾਪਦੇ ਹਾਂ ਤੇ ਹਾਂਜੀ ਜਿਵੇਂ ਸਮਾਂ ਸਮਾਂ ਫਿਰ ਕਿੱਦੇ ਤੋਂ ਸਟਾਰਟ ਹੋਊਗਾ ਸੈਕਿੰਡ ਤੋਂ ਆਪਸ਼ਨ ਬੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਹੈ ਜੀ ਚਾਕੂ ਚਾਕੂ ਦੇ ਨਾਲ ਅਸੀਂ ਚੀਜ਼ਾਂ ਕੀ ਆ ਕੱਟਦੇ ਹਾਂ ਤੇ ਪੈਨ ਪੈਨ ਦੇ ਨਾਲ ਕੀ ਕਰਦੇ ਹਾਂ ਹਾਂਜੀ ਅ ਇਸ ਕੁਐਸ਼ਨ ਦਾ ਤੁਹਾਡਾ ਆਪਸ਼ਨ ਰਾਈਟ ਬਣੇਗਾ ਚਾਕੂ ਦੇ ਨਾਲ ਅਸੀਂ ਚੀਜ਼ ਕੱਟਦੇ ਹਾਂ ਤਾਂ ਪੈਨ ਨਾਲ ਕੀ ਕਰਦੇ ਹਾਂ ਲਿਖਦੇ ਹਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਸਮੁੰਦਰ ਛੱਪੜ ਹਾਂਜੀ ਹੁਣ ਦੇਖੋ ਸਮੁੰਦਰ ਦਾ ਸਬੰਧ ਕੀ ਹੈ ਛੱਪੜ ਨਾਲ ਆ ਤੇ ਕਿਲੋਮੀਟਰ ਦਾ ਸਬੰਧ ਕਿਹਦੇ ਨਾਲ ਆ ਫਿਰ ਹਾਂਜੀ ਕਿਲੋਮੀਟਰ ਦਾ ਸਬੰਧ ਕਿਸ ਨਾਲ ਹੋਇਆ ਮੀਟਰ ਦੇ ਨਾਲ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਠੀਕ ਹੈ ਮੀਟਰ ਤੋਂ ਹੀ ਕਿਲੋਮੀਟਰ ਬਣਦਾ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਸੋਚ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਸੋਚਣਾ ਹੋਵੇ ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਐਨਲੋਜੀ ਦੇ ਵਿੱਚ ਜਦੋਂ ਸਾਡੇ ਕੋਲ ਇਕੁਇਵੈਲੈਂਟ ਦੀ ਗੱਲ ਹੁੰਦੀ ਆ ਤਾਂ ਇਸ ਦਾ ਸਬੰਧ ਇਸ ਨਾਲ ਵੀ ਹੋ ਸਕਦਾ ਵਾ ਤਾਂ ਇਹਦਾ ਮਤਲਬ ਛੱਪੜ ਦਾ ਸਬੰਧ ਇੱਥੇ ਵੀ ਹੋ ਸਕਦਾ ਸਮੁੰਦਰ ਸਮੁੰਦਰ ਦੀ ਲੰਬਾਈ ਹੈ ਜਿਹੜੀ ਹਮੇਸ਼ਾ ਕਿਲੋਮੀਟਰਾਂ ਦੇ ਵਿੱਚ ਹੋਊਗੀ ਠੀਕ ਹੈ ਸਮੁੰਦਰ ਕਦੇ ਵੀ ਛੋਟਾ ਤਾਂ ਨਹੀਂ ਹੁੰਦਾ ਕਿਲੋਮੀਟਰਾਂ ਦੇ ਵਿੱਚ ਹੋਵੇਗੀ ਪਰ ਛੱਪੜ ਦੀ ਜੇ ਅਸੀਂ ਗੱਲ ਕਰੀਏ ਉਹ ਤਾਂ ਮੀਟਰ ਦੇ ਵਿੱਚ ਹੀ ਬਣਿਆ ਹੋਊਗਾ ਠੀਕ ਹੈ ਜਾਨੀ ਕਿ ਕੁਝ ਕਿਲੋਮੀਟਰਾਂ ਦੇ ਵਿੱਚ ਹੀ ਗੱਲ ਹੋਊਗੀ 800 ਮੀਟਰ ਹੋ ਸਕਦਾ ਵਾ 800 ਵੀ ਨਹੀਂ ਹੋਊਗਾ ਉਹ 400 ਮੀਟਰ ਤੋਂ ਵੱਧ ਤਾਂ ਕਦੇ ਹੋ ਹੀ ਨਹੀਂ ਸਕਦਾ ਹੋ ਸਕਦਾ ਹੋਵੇ ਵੀ ਪਰ 400 ਕਿਲੋਮੀਟਰ ਇਦਾਂ ਮੀਟਰਾਂ 'ਚ ਹੀ ਆਉਂਦਾ ਵਾ ਇਸ ਤਰ੍ਹਾਂ ਵੀ ਤੁਸੀਂ ਸੋਚ ਸਕਦੇ ਹੋ ਦੋ ਤਰੀਕੇ ਇਸ ਨੂੰ ਸੋਚਣ ਦੇ ਤੇ ਇਸ ਤਰ੍ਹਾਂ ਵੀ ਬਣ ਸਕਦਾ ਵਾ ਕਿ ਜਿੱਦਾਂ ਛੱਪੜ ਛੱਪੜ ਬਹੁਤ ਛੋਟਾ ਆ ਜਾਵਣਾ ਤਾਂ ਉਸ ਤੋਂ ਬਾਅਦ ਇੱਥੇ ਇਹਦੇ ਓਪੋਜ਼ਿਟ ਕੀ ਲਿਖਿਆ ਹੋਇਆ ਸਮੁੰਦਰ ਹੁਣ ਕਿលਿਆ ਛੱਪੜ 'ਚ ਵੀ ਪਾਣੀ ਹੁੰਦਾ ਸਮੁੰਦਰ 'ਚ ਵੀ ਪਾਣੀ ਹੁੰਦਾ ਉਹ ਅਲੱਗ ਗੱਲ ਹੈ ਕਿ ਗੰਦਾ ਹੁੰਦਾ ਛੱਪੜ ਦੇ ਵਿੱਚ ਹੁਣ ਦੇਖੋ ਜੇ ਅਸੀਂ ਕਿਲੋਮੀਟਰ ਦੀ ਗੱਲ ਕਰੀਏ ਤਾਂ ਕਿਲੋਮੀਟਰ ਦੇ ਕਿਲੋਮੀਟਰ ਇੱਥੇ ਸਮੁੰਦਰ ਵੱਡਾ ਤੇ ਕਿਲੋਮੀਟਰ ਵੱਡਾ ਛੋਟਾ ਕਿਹੜਾ ਵਾਈਜ਼ ਦਾ ਜੋ ਮੀਟਰ ਪਰ ਮੀਟਰ ਤੋਂ ਵੀ ਛੋਟਾ ਸੈਂਟੀਮੀਟਰ ਆ ਜਾਂਦਾ ਹੁਣ ਤੁਸੀਂ ਇਹ ਵੀ ਸੋਚੋਗੇ ਇਸ ਕਰਕੇ ਇਹਨੂੰ ਤੁਸੀਂ ਇਹੀ ਵਾਲਾ ਮੈਥਡ ਲਾ ਕੇ ਚੱਲਣਾ ਕਿ ਸਮੁੰਦਰ ਦੀ ਲੰਬਾਈ ਕਿਲੋਮੀਟਰਾਂ 'ਚ ਹੁੰਦੀ ਆ ਤੇ ਛੱਪੜ ਦੀ ਮੀਟਰਾਂ 'ਚ ਹੀ ਹੁੰਦੀ ਆ ਨੈਕਸਟ ਘੜੀ ਦਾ ਸਬੰਧ ਸਮੇਂ ਦੇ ਨਾਲ ਆ ਤਾਂ ਗਾਜ ਦਾ ਸਬੰਧ ਕਿਸ ਨਾਲ ਹੋਵੇਗਾ ਹਾਂਜੀ ਘੜੀ ਦਾ ਸਬੰਧ ਸਮੇਂ ਨਾਲ ਆ ਤਾਂ ਗੱਜ ਦਾ ਸਬੰਧ ਕੀ ਆ ਗੱਜ ਕਾਦੇ ਨਾਲ ਹੁੰਦਾ ਵਾ ਗੱਜ ਦਾ ਸਬੰਧ ਦੂਰੀ ਦੇ ਨਾਲ ਠੀਕ ਹੈ ਜਾਨੀ ਕਿ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਇਸ ਦਾ ਆਨਸਰ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਰਦੇ ਹਾਂ ਜੀ ਵਰਣਮਾਲਾ ਵਰਣਮਾਲਾ ਦਾ ਸਬੰਧ ਕੀ ਦੇ ਨਾਲ ਅੱਖਰ ਆ ਅੱਖਰਾਂ ਤੋਂ ਹੀ ਵਰਣਮਾਲਾ ਬਣਦੀ ਆ ਤਾਂ ਬਾਕਾਂ ਤੋਂ ਕੀ ਬਣਦਾ ਵਾ ਹਾਂਜੀ ਬਾਕਾਂ ਤੋਂ ਕੀ ਬਣਦਾ ਵਾ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਆਪ ਅਟੈਂਪਟ ਕਰਨ ਦੀ ਕੋਸ਼ਿਸ਼ ਕਰਨ ਬਾਕਾਂ ਤੋਂ ਬਣਦਾ ਵਾ ਮੁਹਾਵਰਾ ਠੀਕ ਹੈ ਅੱਖਰ ਤੋਂ ਬਣਦੀ ਆ ਵਰਣਮਾਲਾ ਵਰਣਮਾਲਾ ਦੇ ਵਿੱਚ ਕੀ ਅੱਖਰ ਹੀ ਹੁੰਦੇ ਆ ਠੀਕ ਹੈ ਸੇਮ ਇਦਾਂ ਹੀ ਬਾਗ ਤੋਂ ਕੀ ਬਣਦਾ ਵਾ ਮੁਹਾਵਰਾ ਨੈਕਸਟ ਕੁਐਸਚਨ ਕਰਦੇ ਆ ਜੀ ਅਸੀਂ ਆਪਸ਼ਨ ਇਸ ਕੁਐਸਚਨ ਦਾ ਡੀ ਆਨਸਰ ਹੈ ਏਥੇ ਦਾ ਨੈਕਸਟ ਕੁਐਸਚਨ ਬੱਚਾ ਪਿਤਾ ਤੇ ਕਿਤਾਬ ਦਾ ਸਬੰਧ ਤੁਸੀਂ ਦੱਸਣਾ ਜਿੱਦਾਂ ਬੱਚੇ ਦਾ ਸਬੰਧ ਪਿਤਾ ਦੇ ਨਾਲ ਆ ਤਾਂ ਕਿਤਾਬ ਦਾ ਸਬੰਧ ਕਿਸ ਦੇ ਨਾਲ ਆ ਹਾਂਜੀ ਇਸ ਕੁਐਸਚਨ ਦਾ ਆਨਸਰ ਆ ਤੁਹਾਡਾ অপশন নাম্বার বি প্রকাশক অপশন নাম্বার বি ইজ দা রাইট आंसर नेक्स्ट কোশ্চেন মিঠে ਦਾ ਸਬੰਧ ਕੋੜੇ ਨਾਲ ਤਾਂ ਪਿਆਰ ਦਾ ਸਬੰਧ ਕਿਹਦੇ ਨਾਲ ਹੋਇਆ ਮਿੱਠਾ ਕੋੜਾ ਪਿਆਰ ਦੁਸ਼ਮਣੀ ਹੋਇਆ ਠੀਕ ਹੈ ਇਹਦੇ ਵਿੱਚ 10th ਦਾ ਤੁਹਾਡਾ ਨਹੀਂ ਪਿਆਰ ਦਾ ਸਬੰਧ ਕਿਹਦੇ ਨਾਲ ਹੋਊਗਾ ਨਫ਼ਰਤ ਨਾਲ ਹੋਊਗਾ ਤਾਂ অপশন ਨੰਬਰ ਡੀ ਇਜ਼ ਦਾ রাইট आंसर ਦੋਸਤ ਦਾ ਸਬੰਧ ਹੋਊਗਾ ਦੁਸ਼ਮਣੀ ਦੇ ਨਾਲ ਨੈਕਸਟ ਕੁਐਸ਼ਨ ਅੱਖ ਅੱਖ ਦਾ ਸਬੰਧ ਕਿਹਦੇ ਨਾਲ ਆ ਅੱਖ ਦਾ ਮੀਨਿੰਗ ਕੀ ਹੁੰਦਾ ਅੱਖ ਦੇਖਣਾ ਅੱਖ ਦਾ ਸਬੰਧ ਦੇਖਣਾ ਨਾਲ ਤੇ ਮੂੰਹ ਦਾ ਸਬੰਧ ਫਿਰ ਕਿਸ ਨਾਲ ਹੋਇਆ ਹਾਂਜੀ ਮੂੰਹ ਦਾ ਸਬੰਧ ਹੋਵੇਗਾ ਬੋਲਣ ਦੇ ਨਾਲ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸੱਪ ਫੁੰਕਾਰ ਕੁੱਤਾ ਹਾਂਜੀ ਸੱਪ ਆ ਜਿਹੜਾ ਉਹ ਕੀ ਕਰਦਾ ਵਾ ਫੁੰਕਾਰ ਤੇ ਕੁੱਤਾ ਕੀ ਕਰਦਾ ਭੌਂਕਣਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਜਿੰਦਾ ਜਾਨੀ ਕਿ ਤਾਲਾ ਚਾਬੀ ਇਹਦੇ ਸਮਾਨਾਂਤਰ ਕੀ ਆਇਆ ਚਾਬੀ ਤਾਂ ਇਸਦੇ ਸਮਾਨ ਅਸੀਂ ਲਿਖਣਾ ਅਪਰਾਧ ਦਾ ਕੀ ਹੋਊਗਾ ਫਿਰ ਹਾਂਜੀ ਜਿੰਦਾ ਚਾਬੀ ਤਾਂ ਅਪਰਾਧ ਦਾ ਹੋਵੇਗਾ ਅਪਰਾਧੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ 13 ਦਾ অপਸ਼ਨ ਨੰਬਰ ਸੀ ਨੈਕਸਟ ਕੁਐਸ਼ਨ ਜਿਹਨੇ ਅਪਰਾਧ ਕੀਤਾ ਦੇਖੋ ਜਿਹੜਾ ਅਪਰਾਧੀ ਆ ਉਹੀ ਅਪਰਾਧ ਕਰੂਗਾ ਠੀਕ ਹੈ ਤੇ ਜਿਹੜੀ ਚਾਬੀ ਆ ਉਹੀ ਜਿੰਦੇ ਨੂੰ ਖੋਲੂਗੀ ਪੈਰ ਪੈਰ ਦਾ ਸਬੰਧ ਲੱਤ ਦੇ ਨਾਲ ਆ ਤਾਂ ਹੱਥ ਦਾ ਸਬੰਧ ਕਿਹਦੇ ਨਾਲ ਹੋਊਗਾ ਬਾਹਾਂ ਦੇ ਨਾਲ ਠੀਕ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਰਾਈਟ ਆ ਨੈਕਸਟ ਕੁਐਸਚਨ ਹਰੇਕ ਕੁਐਸਚਨ ਨੂੰ ਆਪ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ ਗੁਣਾ ਗੁਣਾ ਦਾ ਸਬੰਧ ਕਿਹਦੇ ਨਾਲ ਜੋੜ ਨਾਲ ਗੁਣਾ ਦਾ ਮਤਲਬ ਕੀ ਹੁੰਦਾ ਵਾ ਕੋਈ ਸੀ ਚੀਜ਼ ਚ ਵਾਧਾ ਹੀ ਹੋਈ ਜਾਂਦਾ ਜੋੜ ਗੋਈ ਜਾਂਦੇ ਆ ਜਦੋਂ ਅਸੀਂ ਤਕਸੀਮ ਕਰਦੇ ਆ ਤਾਂ ਉਹ ਚੀਜ਼ ਘਟੀ ਜਾਂਦੀ ਆ ਜਦੋਂ ਅਸੀਂ ਗੁਣਾ ਕਰਦੇ ਆ ਨੰਬਰ ਵਧਦਾ ਜਾਂਦਾ ਤੇ ਜਦੋਂ ਅਸੀਂ ਤਖਸੀ ਮਤਲਬ ਡਿਵਾਈਡ ਕਰਦੇ ਆ ਤਾਂ ਦੋ ਨੰਬਰ ਘਟਦਾ ਜਾਂਦਾ ਤੇ ਇਹਦਾ ਵਿੱਚ 15 ਦਾ ਤੁਹਾਡਾ ਰਾਈਟ ਆਨਸਰ ਕੀ ਹੋਵੇਗਾ ਏ ਨੈਕਸਟ ਕੁਐਸ਼ਨ ਖੂ ਡੂੰਗਾ ਹੁਣ ਦੇਖੋ ਖੂ ਡੂੰਗਾ ਹੁੰਦਾ ਵਰਜ ਦੀ ਗੱਲ ਹੋ ਗਈ ਤਾਂ ਵਰਜ ਕੀ ਆ ਉਚਤਮ ਉੱਚਾ ਹੁੰਦਾ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਵਰਜਿਸ ਮੋਟਾਪਾ ਵਰਜਿਸ ਦਾ ਸਬੰਧ ਮੋਟਾਪੇ ਨਾਲ ਆ ਤਾਂ ਪਾਣੀ ਦਾ ਸਬੰਧ ਕਿਸ ਨਾਲ ਹੋਵੇਗਾ ਹਾਂਜੀ ਇਸ ਕੁਐਸ਼ਨ ਦਾ ਰਾਈਟ ਆਨਸਰ অপਸ਼ਨ ਨੰਬਰ ਬੀ ਆਸ ਦੇ ਨਾਲ অপশন নাম্বার B ਇਸ ਦਾ রাইਟ आंसर नेक्स्ट क्वेश्चन ਸੁਣਨਾ ਦਾ ਸਬੰਧ ਬੋਲਣ ਦੇ ਨਾਲ ਬੋਲਾਂ ਦੇ ਨਾਲ ਆ ਠੀਕ ਹੈ ਸੁਣਨਾ ਦਾ ਸਬੰਧ ਕਿਹਦੇ ਨਾਲ ਆ ਬੋਲਾਂ ਦੇ ਨਾਲ ਆ ਤਾਂ ਬੋਲਣਾ ਦਾ ਸਬੰਧ ਕਿਹਦੇ ਨਾਲ ਹੋਊਗਾ ਤੇ ਇਸ ਕੁਐਸਚਨ ਦਾ রাইਟ ਆਨਸਰ 19 ਦਾ অপশন ਨੰਬਰ A ਗੂੰਗਾ नेक्स्ट क्वेश्चन ਕੱਪੜਾ ਕੱਪੜੇ ਦਾ ਸਬੰਧ ਧਾਗੇ ਨਾਲ ਆ ਜਿਹੜਾ ਕੱਪੜਾ ਵਾ ਉਹ ਧਾਗੇ ਤੋਂ ਹੀ ਬਣਦਾ ਵਾ ਤੇ ਫਿਰ ਕਿਤਾਬ ਕਿਸ ਤੋਂ ਬਣਦੀ ਆ অপশন নাম্বার ডি ইজ দা রাইট आंसर ਵਰਕਿਆਂ ਤੋਂ ਬਣਦੀ ਹੈ ਨੈਕਸਟ ਕੁਐਸ਼ਨ ਜਾਮਾ ਜਾਮਾ ਮਸਜਿਦ ਦਾ ਸਬੰਧ ਕਿਸ ਦੇ ਨਾਲ ਹੈ ਦਿੱਲੀ ਨਾਲਾ ਲਾਲ ਚੌਂਕ ਹੁਣ ਲਾਲ ਚੌਂਕ ਦਾ ਸਬੰਧ ਕਿਸ ਦੇ ਨਾਲ ਹੋਇਆ ਫਿਰ ਹਾਂਜੀ ਇਸ ਕੁਐਸ਼ਨ ਨੂੰ ਜਿੱਦਾਂ ਮੈਂ ਐਨਲੋਜੀ ਦੇ ਥਰੂ ਵੀ ਤੁਸੀਂ ਕਰ ਸਕਦੇ ਹੋ ਜਿੱਦਾਂ ਇਸ ਦਾ ਅਸੀਂ ਵਿੱਚ ਗੱਲ ਕਰੀਏ ਜਿੱਦਾਂ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ A ਰੇਸ਼ੋ B ਪ੍ਰੋਪੋਰਸ਼ਨਲ ਟੂ C ਰੇਸ਼ੋ D ਕਿ ਇਸ b ਦਾ ਸਬੰਧ c ਨਾਲ ਵੀ ਹੋ ਸਕਦਾ a ਦਾ ਸਬੰਧ d ਨਾਲ ਵੀ ਹੋ ਸਕਦਾ d ਦਾ ਸਬੰਧ a ਨਾਲ ਵੀ ਹੋ ਸਕਦਾ b ਦਾ ਸਬੰਧ c ਨਾਲ ਵੀ ਹੋ ਸਕਦਾ ਇਸ ਤਰ੍ਹਾਂ ਦਾ ਮੈਥਡ ਵੀ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਤਾਂ ਇਸ ਤੋਂ ਵੀ ਤੁਸੀਂ ਲੱਭ ਸਕਦੇ ਹੋ ਤੇ ਸਿੱਧਾ ਡਾਇਰੈਕਟ ਮੈਥਡ ਵੀ ਲਾ ਸਕਦੇ ਹੋ ਜਿੱਦਾਂ ਆਪਾਂ ਹੁਣ ਕੀਤਾ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ b ਜਿਲ੍ਹਤ ਹਾਂਜੀ ਸੌਰੀ ਆਪਸ਼ਨ ਨੰਬਰ ਅਸੀਂ ਕਰ ਰਹੇ ਹਾਂ 21 ਜਾਮਾ ਮਸਜਿਦ ਦਿੱਲੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੋਵੇਗਾ ਬੀ ਮਾਸਕੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਵਰਜਿਸ ਮੋਟਾਪਾ ਤੇ ਪਾਣੀ ਹਾਂ ਜੇ ਕੁਐਸ਼ਨ ਰਿਪੀਟ ਹੋ ਚੁੱਕਿਆ ਹੈ ਤੁਹਾਡੇ ਕੋਲੇ ਪਾਣੀ ਦਾ ਸਬੰਧ ਕਿਹਦੇ ਨਾਲ ਆ ਪਿਆਸ ਦੇ ਨਾਲ ਆ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਪਿਗਲਣਾ ਤਰਲ ਪਿਗਲਣਾ ਤਰਲ ਤੇ ਜੰਮਣਾ ਪਿਗਲਣ ਦਾ ਸਬੰਧ ਤਰਲ ਦੇ ਨਾਲ ਤਾਂ ਜੰਮਣ ਦਾ ਸਬੰਧ ਕਿਹਦੇ ਨਾਲ ਆ ਤਾਂ ਇਸ ਕੁਸ਼ਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਠੋਸ ਦੇ ਨਾਲ ਹਾਂਜੀ ਇਸ ਦੇ ਨਾਲ ਸਾਡਾ ਜਿਹੜਾ ਅੱਜ ਦਾ ਹੀ ਟੌਪਿਕ ਸੀ ਵਰਡ ਡਿਜੀਟ ਰਿਲੇਸ਼ਨ ਹੀ ਖਤਮ ਹੁੰਦਾ ਹੁਣ ਅਸੀਂ ਕਰਦੇ ਹਾਂ ਅਗਲਾ ਟੌਪਿਕ ਸਟਾਰਟ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਦੋ ਟੌਪਿਕ ਕਵਰ ਕਰਨ ਵਾਲੇ ਹਾਂ ਇਸ ਵੀਡੀਓ ਦੇ ਵਿੱਚ ਤਾਂ ਸੈਕਿੰਡ ਟੌਪਿਕ ਦਾ ਨਾਮ ਆ ਫਾਈਂਡ ਡਿਫਰੈਂਟ ਵਰਡ ਹਾਂਜੀ ਡਿਫਰੈਂਟ ਡਿਫਰੈਂਟ ਵਰਡਸ ਲੱਭਣੇ ਆ ਕਿ ਇਹਨਾਂ ਦੇ ਵਿੱਚੋਂ ਕੁਝ ਕੁ ਵਰਡ ਹੈਗੇ ਆ ਜਿਹੜੇ ਤੁਹਾਨੂੰ ਦਿੱਤੇ ਹੋਏ ਆ ਹਾਂਜੀ ਇਸ ਵਿੱਚ ਦੇਖੋ ਤੁਹਾਨੂੰ ਕੁਐਸਚਨ ਕਿਸ ਤਰ੍ਹਾਂ ਆਉਣਗੇ ਕਿ ਹੇਠ ਦਿੱਤੇ ਹਰ ਇੱਕ ਪ੍ਰਸ਼ਨ ਵਿੱਚ ਚਾਰ ਸ਼ਬਦ ਹਨ ਤਿੰਨ ਸ਼ਬਦ ਆਪਣੇ ਵਿੱਚ ਕੁਝ ਸਾਂਝ ਰੱਖਦੇ ਆ ਪਰ ਇੱਕ ਸ਼ਬਦ ਵੱਖਰਾ ਵਾ ਇਸ ਵਿੱਚ ਵੱਖਰੇ ਸ਼ਬਦਾਂ ਨੂੰ ਅਸੀਂ ਲੱਭਣਾ ਵਾ ਤਿੰਨ ਸ਼ਬਦਾਂ ਦੀ ਆਪਸ ਵਿੱਚ ਸਾਂਝ ਆ ਪਰ ਇੱਕ ਸ਼ਬਦ ਵੱਖਰਾ ਵਾ ਜਿਹਨੂੰ ਅਸੀਂ ਲੱਭਣਾ ਵਾ ਜਿੱਦਾਂ ਕੁਐਸਚਨ ਨੰਬਰ ਅਸੀਂ 1 ਦੀ ਗੱਲ ਕਰੀਏ ਚਾਕ ਪੈਨ ਕਾਪੀ ਤੇ ਪੈਨਸਲ ਹੁਣ ਦੇਖੋ ਚਾਕ 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 ਦੇ ਨਾਲ ਵੀ ਲਿਖਿਆ ਜਾਂਦਾ ਪੈਨ ਨਾਲ ਵੀ ਲਿਖਿਆ ਜਾਂਦਾ ਪੈਨਸਲ ਨਾਲ ਵੀ ਲਿਖਿਆ ਜਾਂਦਾ ਪਰ ਕਾਪੀ ਦੇ ਨਾਲ ਅਸੀਂ ਲਿਖ ਨਹੀਂ ਸਕਦੇ ਕਾਪੀ ਅਲੱਗ ਆ ਆਪਸ਼ਨ ਏ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਫਿਰ ਤੁਹਾਨੂੰ ਦਿੱਤਾ ਹੋਇਆ ਰੰਗ ਪੀਲਾ ਹਰਾ ਨੀਲਾ ਹੁਣ ਦੇਖੋ ਇੰਨਾ ਤਿੰਨ ਆਪਸ਼ਨਾਂ ਚ ਤੁਹਾਨੂੰ ਰੰਗਾਂ ਦੇ ਨਾਮ ਦਿੱਤੇ ਹੋਏ ਆ ਤੇ ਅਲੱਗ ਆਪਸ਼ਨ ਕਿਹੜੀ ਰੰਗ ਇੱਥੇ ਰੰਗ ਹੀ ਦਿੱਸਦਾ ਤੁਹਾਨੂੰ ਠੀਕ ਹੈ ਰੰਗ ਦਾ ਨਾਮ ਨਹੀਂ ਲਿਖਿਆ ਜਿਵੇਂ ਇੱਥੇ ਵੀ ਕੋਈ ਰੰਗ ਦਾ ਨਾਮ ਹੋਣਾ ਚਾਹੀਦਾ ਸੀ ਪਰ ਇੱਥੇ ਰੰਗ ਲਿਖਿਆ ਵਾ ਨੈਕਸਟ ਹਾਂਜੀ ਨੈਕਸਟ ਕੁਐਸਚਨ ਦੇ ਵਿੱਚ ਦੇਖੋ ਕੰਨ ਨੱਕ ਸਰੀਰ ਤੇ ਇਸ ਦੇ ਵਿੱਚੋਂ ਡਿਫਰੈਂਟ ਕੀ ਆ ਅੱਖ ਕੰਨ ਅੱਖ ਨੱਕ ਹੁਣ ਦੇਖੋ ਕੰਨ ਨੱਕ ਅੱਖ ਇਹ ਸਿਰਫ ਸਾਡੇ ਜਿਹੜਾ ਫੇਸ ਦੇ ਪਾਰਟ ਆ ਉਹਨਾਂ ਦੇ ਨਾਮ ਲਿਖੇ ਆ ਤੇ ਡਿਫਰੈਂਟ ਕੀ ਆ ਇਹਦੇ ਵਿੱਚੋਂ ਇੱਥੇ ਆਪਸ਼ਨ ਡੀ ਠੀਕ ਹੈ ਸਰੀਰ ਨੈਕਸਟ ਕੁਐਸਚਨ ਵਿਹਾਰ ਕੇਰਲਾ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਇਹ ਚੋਂ ਅਲੱਗ ਕੀ ਆ ਹਾਂਜੀ ਇਸ ਦੇ ਵਿੱਚੋਂ ਅਲੱਗ ਦੇਖੋ ਤੁਸੀਂ ਕੀ ਦਿੱਤਾ ਹੋਇਆ ਵਾ ਤੁਹਾਨੂੰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਨੰਬਰ ਏ ਦੇਖੋ ਨੈਕਸਟ ਕੁਐਸਚਨ OT ਗੋਆ Shimla Nainital ਤਾਂ ਇਸ ਦੇ ਵਿੱਚ ਅਲੱਗ ਕੀ ਆ ਇਸ ਦੇ ਵਿੱਚ ਅਲੱਗ ਗੋਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਸੇਵ ਅੰਬ ਅਮਰੂਦ ਤਰਬੂਜ ਹੁਣ ਇਸ ਦੇ ਵਿੱਚੋਂ ਤੁਸੀਂ ਅਲੱਗ ਦਾ ਸਨਾਈ ਕੀ ਹੈ ਇਸ ਦੇ ਵਿੱਚੋਂ ਅਲੱਗ ਕੀ ਹੋਇਆ? ਹਾਂਜੀ। ਹਾਂਜੀ ਇੱਥੇ ਦੇਖੋ ਸੇਵ, ਆਂਬ ਅਤੇ ਅਮਰੂਦ ਇਹਨਾਂ ਤਿੰਨਾਂ ਦੀ ਸ਼ੇਪ ਕੁਝ ਆਪਸ ਦੇ ਵਿੱਚ ਥੋੜੀ-ਬਹੁਤੀ ਮਿਲਦੀ-ਜੁਲਦੀ ਹੁੰਦੀ ਹੈ ਪਰ ਤਰਬੂਜ ਦਾ ਸਾਈਜ਼ ਬਹੁਤ ਵੱਡਾ ਹੁੰਦਾ ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਂਸਰ ਆ। ਠੀਕ ਹੈ। ਮਿਆਂਮਾਰ, ਅਫਗਾਨਿਸਤਾਨ, ਭਾਰਤ ਅਤੇ ਪਾਕਿਸਤਾਨ ਇਹਨਾਂ ਦੇ ਵਿੱਚੋਂ ਅਲੱਗ ਦੱਸਣਾ ਤੁਸੀਂ ਕੀ ਆ? ਤਾਂ ਇਹਨਾਂ ਦੇ ਵਿੱਚੋਂ ਅਲੱਗਾ ਅਫਗਾਨਿਸਤਾਨ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਲਾਲ ਹਰਾ ਗੁਲਾਬੀ ਨੀਲਾ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਅਲੱਗ ਰੰਗ ਦੱਸਣਾ ਵਾ ਕਿ ਕਿਹੜਾ ਹੈ ਹਾਂਜੀ ਲਾਲ ਹਰਾ ਤੇ ਨੀਲਾ ਇਹ ਕਿੰਨੇ ਆ ਇਹ ਤਿੰਨੋਂ ਅਲੱਗ ਰੰਗ ਆ ਲਾਲ ਹਰਾ ਨੀਲਾ ਪਰ ਗੁਲਾਬੀ ਇੱਕ ਡਿਫਰੈਂਟ ਆ ਠੀਕ ਹੈ ਜਿੱਦਾਂ ਕਿ ਤੁਸੀਂ ਸੁਣਿਆ ਹੋਣਾ ਇਹ ਕੁਦਰਤ ਦੇ ਰੰਗ ਆ ਇਹਨਾਂ ਨੂੰ ਮਿਲਾ ਕੇ ਹੀ ਬਾਕੀ ਸਾਰੇ ਰੰਗ ਬਣਦੇ ਆ ਪਰ ਬਾਕੀ ਹੋਰੰਗਾ ਤੋਂ ਇਹ ਰੰਗ ਅਸੀਂ ਨਹੀਂ ਬਣਾ ਸਕਦੇ ਹਾਂਜੀ ਨੈਕਸਟ ਰੁਪਇਆ ਦਿਨਾਰ ਸ਼ਿੱਕਾ ਡਾਲਰ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸ਼ਿੱਕਾ ਆਪਸ਼ਨ ਨੰਬਰ ਸੀ ਆ ਤੁਸੀਂ ਦੇਖ ਸਕਦੇ ਹੋ ਕਰੰਸੀਆਂ ਦਿੱਤੀਆਂ ਹੋਈਆਂ ਸਾਨੂੰ ਪਰ ਸ਼ਿੱਕਾ ਇਥੋਂ ਅਲੱਗਾ ਨੈਕਸਟ ਕੁਐਸਚਨ ਚੱਕਰ ਐਲੀਪਸ ਗੋਲਾ ਕਣ ਹਾਂਜੀ ਚੱਕਰ ਐਲੀਪਸ ਗੋਲਾ ਕਣ ਇਹਦੇ ਵਿੱਚੋਂ ਅਲੱਗਾ ਐਲੀਪਸ ਕਿਉਂਕਿ ਐਲੀਪਸ ਅੰਡਾਕਾਰ ਸ਼ੇਪ ਦਾ ਹੁੰਦਾ ਨੈਕਸਟ ਕੁਐਸਚਨ ਅਧਿਆਪਕ ਪ੍ਰਿੰਸੀਪਲ ਵਿਦਿਆਰਥੀ ਲੈਕਚਰਰ ਤੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਠੀਕ ਹੈ ਇੱਥੇ ਇਹ ਟੀਚਰ ਆ ਸਾਰੇ ਅਧਿਆਪਕ ਪ੍ਰਿੰਸੀਪਲ ਅਤੇ ਲੈਕਚਰਰ ਪਰ ਜਿਹੜੇ ਤੁਹਾਨੂੰ ਦਿੱਤੇ ਹੋਏ ਆ ਵਿਦਿਆਰਥੀ ਇਹ ਅਲੱਗ ਆ ਜਾਂਦੇ ਆ ਵਿੱਚ ਨੈਕਸਟ ਕੁਐਸਚਨ ਆ ਜੀ ਪੰਛੀ ਪੌਦੇ ਬੱਚੇ ਚਟਾਨਾਂ ਹਾਂਜੀ ਪੰਛੀ ਪੌਦੇ ਬਟੇ ਚਟਾਨਾ ਇਹਨਾਂ ਦੇ ਵਿੱਚੋਂ ਡਿਫਰੈਂਟ ਕੀ ਹੈ ਚਟਾਨਾ ਆਪਸ਼ਨ ਨੰਬਰ ਡੀ ਇਜ਼ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਵਰਖਾ ਦੰਗੇ ਪੁਚਾਲ ਤੂਫਾਨ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਕੀ ਹੈ ਦੰਗੇ ਜਿਹੜੇ ਵਰਖਾ ਪੁਚਾਲ ਤੇ ਤੂਫਾਨ ਹੈ ਇਹਦਾ ਸਬੰਧ ਕੁਦਰਤ ਦੇ ਨਾਲ ਹੈ ਠੀਕ ਹੈ ਪਰ ਦੰਗਿਆਂ ਦਾ ਸਬੰਧ ਤਾਂ ਇਨਸਾਨਾਂ ਦੇ ਨਾਲ ਹੀ ਆ ਹਾਂਜੀ 14 ਤਾਂ ਦੇਖੋ ਤੁਸੀਂ ਘਰ ਕੋਠੀ ਹਸਪਤਾਲ ਕੂਟੀਆਂ ਤੇ ਇਹਦੇ ਵਿੱਚੋਂ ਅਲੱਗ ਕੀ ਹੈ ਹਾਂਜੀ ਇਹਦੇ ਵਿੱਚੋਂ ਅਲੱਗ ਕੀ ਆ ਅਲੱਗ ਹੈਗਾ ਵਾ ਜੀ ਹਸਪਤਾਲ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖੋ ਧੁੰਦ ਕੋਰਾ ਵਰਖਾ ਬੱਦਲ ਤਾਂ ਇਹਦੇ ਵਿੱਚ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਕੀ ਆ ਬੱਦਲ ਆ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹਾਂਜੀ ਨੈਕਸਟ ਸੁਣਨਾ ਗਾਣਾ ਮਹਿਸੂਸ ਕਰਨਾ ਸੋਚਣਾ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਸੁਣਨਾ ਗਾਣਾ ਮਹਿਸੂਸ ਕਰਨਾ অপশন ডি અલગ ਹੈ ਇਹਦੇ ਵਿੱਚੋਂ ਸੋਚਣਾ ਠੀਕ ਹੈ ਨੈਕਸਟ ਕੁਐਸ਼ਨ ਹੈ ਜੀ ਪੁਲਸੀਆ ਚੋਰ ڈاکੂ ਅੱਤਵਾਦੀ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਅੱਤਵਾਦੀ ਠੀਕ ਹੈ ਅੱਤਵਾਦੀ ਇਹਦੇ ਵਿੱਚੋਂ ਡਿਫਰੈਂਟ ਹੈ ਨੈਕਸਟ ਕੁਐਸ਼ਨ ਮਿੱਠਾ ਖੱਟਾ ਲੂਣਾ ਕੋੜਾ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ A ਮਿੱਠਾ ਦੇਖੋ ਇਹਦੇ ਵਿੱਚੋਂ ਸਾਰੇ ਆਹ ਨਮਕੀਨ ਦੇ ਵਿੱਚ ਆ ਜਾਂਦੇ ਆ ਪਰ ਮਿੱਠਾ ਇੱਕ ਅਲੱਗ ਮੰਨ ਲਿਆ ਨੈਕਸਟ ਦਿੱਤੇ ਰਿਵਿਊਨ ਦੀ ਹਿੰਦੂ ਇੰਡੀਆ ਟੁਡੇ ਟਾਈਮਜ਼ ਆਫ ਇੰਡੀਆ ਇੱਥੇ ਤੁਹਾਨੂੰ ਦਿੱਤੇ ਹੋਏ ਆ ਨਿਊਜ਼ਪੇਪਰ ਦੇ ਨਾਮ ਠੀਕ ਹੈ ਤੇ ਇਹਦੇ ਵਿੱਚੋਂ ਅਲੱਗ ਕਿਹੜਾ ਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਇੰਡੀਆ ਟੁਡੇ ਟੁਡੇ ਨੈਕਸਟ ਅਪ੍ਰੈਲ ਜੁਲਾਈ ਮਈ ਅਗਸਤ ਹਾਂਜੀ ਇਹਦੇ ਵਿੱਚੋਂ ਹੁਣ ਦੇਖੋ ਅਲੱਗ ਕਿਹੜਾ ਆ ਹਾਂਜੀ ਇਹਦੇ ਵਿੱਚੋਂ ਅਲੱਗ ਹੈਗਾ ਆਪਸ਼ਨ ਨੰਬਰ ਏ ਅਪ੍ਰੈਲ ਠੀਕ ਹੈ ਜੁਲਾਈ ਮਈ ਹਾਂਜੀ ਬਾਕੀ ਸਾਰੇ ਮੰਥ ਆ ਜਿਹੜੇ ਉਹ ਕੀ ਆ ਜੁਲਾਈ ਮਈ ਤੇ ਅਗਸਤ ਤੇ 31 ਆ 31 ਦਿਨ ਹੁੰਦੇ ਇਹਨਾਂ ਚ ਅਪ੍ਰੈਲ ਸ 30 ਦਿਨ ਹੁੰਦੇ ਆ ਨੈਕਸਟ ਕੁਐਸ਼ਨ ਜੀ ਕਰਨਾਟਕ ਬਿਹਾਰ ਬੰਗਾਲ ਤੇ ਪੰਡਿਚਰੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਹਾਂਜੀ ਡੀ ਪੰਡਿਚਰੀ ਠੀਕ ਹੈ ਨੈਕਸਟ ਕੁਐਸ਼ਨ ਹਾਂਜੀ ਜਿਹੜੇ ਕਰਨਾਟਕ ਬਿਹਾਰ ਤੇ ਬੰਗਾਲ ਆ ਇਹ ਸਾਡੇ ਰਾਜ ਦਿੱਤੇ ਹੋਇਆ ਪਰ ਪੰਡਿਚੇਰੀ ਕੀ ਆ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਜ਼ਿਲਾ ਵਾ ਨੈਕਸਟ ਕੁਐਸ਼ਨ ਮੁੰਦਰੀ ਵਿੰਗ ਵਾਲੀਆਂ ਲੋਕੇਟ ਵਾਲੀਆਂ ਲੋਕੇਟ ਤੇ ਇਸ ਕੁਐਸ਼ਨ ਦਾ ਰਾਈਟ ਆਨਸਰ ਕੀ ਆ ਹੁਣ ਇਸ ਕੁਐਸ਼ਨ ਦੇ ਵਿੱਚ ਦੇਖੋ ਤੁਸੀਂ ਆਪਸ਼ਨ ਨੰਬਰ ਇਹਦੇ ਵਿੱਚ ਕਿਹੜੀ ਰਾਈਟ ਮੰਦੀ ਆ ਬੀ ਠੀਕ ਹੈ ਬਿੰਗ ਨੈਕਸਟ ਕੁਐਸ਼ਨ ਅੱਖ ਨੱਕ ਸੌਰੀ ਅੱਖ ਕੰਨ ਗਲਾ ਨੱਕ ਤਾਂ ਇਥੋਂ ਡਿਫਰੈਂਟ ਕੀ ਆ ਸੀ ਆਪਸ਼ਨ ਗਲਾ ਹਾਂਜੀ ਨੈਕਸਟ ਕੁਝ ਥੋੜੇ ਸਾਰੇ ਬਹੁਤ ਤਾਂ ਇਸ ਦੇ ਵਿੱਚੋਂ ਕੀ ਆ ਡਿਫਰੈਂਟ ਇਸ ਦੇ ਵਿੱਚੋਂ ਡਿਫਰੈਂਟ ਆ ਸਾਰੇ ਠੀਕ ਹੈ ਇੱਥੇ ਥੋੜਿਆਂ ਦੀ ਗੱਲ ਹੋਈ ਆ ਇੱਥੇ ਬਹੁਤ ਦੀ ਗੱਲ ਹੋਈ ਆ ਇੱਥੇ ਕੁਝ ਦੀ ਗੱਲ ਹੋਈ ਆ ਪਰ ਇੱਥੇ ਤਾਂ ਸਾਰੇ ਹੀ ਆ ਗਏ ਨੈਕਸਟ ਹਾਂਜੀ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਨਿਰਦੇਸ਼ ਠੀਕ ਉੱਤਰ ਲੱਭੋ ਠੀਕ ਉੱਤਰ ਲੱਭਣਾ ਤੁਸੀਂ ਵਾਤਾਵਰਣ ਵਿੱਚ ਹਮੇਸ਼ਾ ਹੁੰਦਾ ਹੈ ਵਾਤਾਵਰਨ ਦੇ ਵਿੱਚ ਹਮੇਸ਼ਾ ਕੀ ਹੁੰਦੀ ਆ ਆਕਸੀਜਨ ਹੁੰਦੀ ਆ ਹਵਾ ਹੁੰਦੀ ਆ ਜਾਂ ਧੂੜ ਹੁੰਦੀ ਆ ਜਾਂ ਨਮੀ ਹੁੰਦੀ ਆ ਤੇ ਇਸ ਵਿੱਚ ਵਾਤਾਵਰਨ ਦੇ ਵਿੱਚ ਹੁੰਦੀ ਆ ਹਮੇਸ਼ਾ ਨਮੀ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਕੂਲ ਵਿੱਚ ਹਮੇਸ਼ਾ ਹੁੰਦਾ ਹੈ ਹਾਂਜੀ ਸਕੂਲ ਦੇ ਵਿੱਚ ਹਮੇਸ਼ਾ ਕੀ ਹੁੰਦਾ ਮੌਕਾ ਦੇ ਆਪਕ ਇਮਾਰਤ ਜਾਂ ਅਧਿਆਪਕ ਜਾਂ ਕਲਾਸ ਤਾਂ ਹਮੇਸ਼ਾ ਕੀ ਹੁੰਦਾ ਵਾ ਇਮਾਰਤੀ ਹੁੰਦੀ ਆ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕ੍ਰਿਕਟ ਵਿੱਚ ਹਮੇਸ਼ਾ ਹੁੰਦਾ ਹੈ ਹਾਂਜੀ ਕ੍ਰਿਕਟ ਦੇ ਵਿੱਚ ਹਮੇਸ਼ਾ ਕੌਣ ਹੁੰਦਾ ਹੈ ਕ੍ਰਿਕਟ ਦੇ ਵਿੱਚ ਹਮੇਸ਼ਾ ਬੱਲਾ ਹੁੰਦਾ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਰਦੇ ਹਾਂ ਜੀ ਅਸੀਂ ਕਾਰ ਵਿੱਚ ਹਮੇਸ਼ਾ ਹੁੰਦਾ ਹੈ ਕਾਰ ਵਿੱਚ ਹਮੇਸ਼ਾ ਪਹੀਆ ਹੁੰਦਾ ਵਾ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੈ ਜੀ ਹਰ ਇੱਕ ਪ੍ਰਸ਼ਨ ਵਿੱਚ ਚਾਰ ਸ਼ਬਦ ਹਨ ਤਿੰਨ ਸ਼ਬਦ ਆਪਸ ਵਿੱਚ ਸਾਂਝੇ ਆ ਪਰ ਇੱਕ ਸ਼ਬਦ ਵੱਖਰਾ ਵਾ ਤੁਸੀਂ ਉਸ ਵੱਖਰੇ ਸ਼ਬਦ ਨੂੰ ਲੱਭਣਾ ਵਾ 비스쿠ਟ 초콜릿 페스트리 브레드 ਤਾਂ ਇਸ ਵਿੱਚ ਤੁਹਾਡਾ ਜਿਹੜਾ ਰਾਈਟ ਆਨਸਰ ਹੈ ਉਹ ਕੀ ਹੋਵੇਗਾ অপਸ਼ਨ ਨੰਬਰ ਬੀ ਠੀਕ ਹੈ ਚਾਕਲੇਟ ਚਾਕਲੇਟ ਕੀ ਆ ਇੱਕ ਅਲੱਗਾ ਹਾਂਜੀ ਨੈਕਸਟ ਕੁਐਸਚਨ ਚੰ ਸੰਤਰਾ ਗੇਂਦ ਆਂਬ ਹੁਣ ਤੁਸੀਂ ਦੇਖ ਸਕਦੇ ਹੋ ਸਰਕਲ ਦੇ ਵਿੱਚ ਹੁੰਦੇ ਆ ਚੰ ਸੰਤਰਾ ਗੇਂਦ ਪਰ ਆਂਬ ਦੀ ਸ਼ੇਪ ਸਰਕਲ ਦੀ ਨਹੀਂ ਹੁੰਦੀ ਜ਼ਿਆਦਾਤਰ ਹਾਂਜੀ ਤਾਂ ਇਹ অপਸ਼ਨ ਡੀ ਤੁਹਾਡਾ ਇੱਥੇ ਰਾਈਟ ਹੋਵੇਗਾ ਠੀਕ ਹੈ ਜਾਂ ਫਿਰ ਜੀ ਨੈਕਸਟ ਕੁਐਸ਼ਨ ਕਰਦੇ ਆਂ ਅਸੀਂ ਕੁਰਸੀ ਕਾਂ ਗਊ ਚੀਤਾ ਤਾਂ ਇਸ ਕੁਐਸ਼ਨ ਦਾ ਤੁਹਾਡਾ ਰਾਈਟ ਆਨਸਰ ਕੀ ਹੋਵੇਗਾ ਅਲੱਗ ਦੇਖਣਾ ਤੁਸੀਂ ਕੀ ਆ ਅਲੱਗ ਹੈ ਇਥੋਂ ਕੁਰਸੀ ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ